ਅਕਾਲੀ ਦਲ, ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ, ਪ੍ਰੈਸ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਹਿ ਜਾਓ ਪਿੱਛੇ, ਸੰਗਤ ਕੁਰਸੀਆਂ 'ਤੇ ਬਹਿ ਜਾਓ ਸਾਰੇ। ਮੇਰੇ ਕੋਲ ਆ ਜਾ ਯਾਰ ਕੈਮਰੇ ਵਾਲਾ ਤਾਂ ਜੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਸਾਲ ਹੋ ਗਏ ਪੰਜਾਬ 'ਚ ਇੱਕ ਨਵੀਂ ਸਰਕਾਰ ਬਣੇ ਨੂੰ। ਮੈਨੂੰ ਪ੍ਰੈਸ ਵਾਲੇ ਪੁੱਛਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ। ਮੈਂ ਕਿਹਾ ਕਿ ਜਦੋਂ ਦੀ ਦੇਸ਼ ਆਜ਼ਾਦ ਹੋਇਆ ਬਹੁਤ ਪੰਜਾਬ ਦੇ ਮੁੱਖ ਮੰਤਰੀ ਬਣੇ ਆ, ਸਭ ਤੋਂ ਨਿਖਿੱਧ, ਨਿਕੰਮਾ, ਨਲਾਇਕ ਮੁੱਖ ਮੰਤਰੀ ਜੇ ਕੋਈ ਬਣ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ। ਤੁਸੀਂ ਬੜੀਆਂ ਸਿਆਸੀ ਰੈਲੀਆਂ ਤੁਸੀਂ ਹਿੱਸਾ ਲਿੱਤਾ, ਹਿੰਦੁਸਤਾਨ ਵਿੱਚ ਹਰ ਪਾਰਟੀ ਕੋਈ ਨਾ ਕੋਈ ਵਾਅਦਾ ਕਰਦੀ ਹੈ, ਪਰ ਅੱਜ ਤੱਕ ਤੁਸੀਂ ਕਿਸੇ ਨੂੰ, ਕਿਸੇ ਲੀਡਰ ਨੂੰ ਗੀਤਾ ਨੂੰ ਹੱਥ ਰੱਖ ਕੇ, ਕੁਰਾਨ ਸ਼ਰੀਫ ਨੂੰ ਹੱਥ ਰੱਖ ਕੇ, ਬਾਈਬਲ ਨੂੰ ਹੱਥ ਰੱਖ ਕੇ, ਗੁਟਕਾ ਸਾਹਿਬ ਨੂੰ ਹੱਥ ਰੱਖ ਕੇ ਕੋਈ ਸਹੁੰ ਖਾਂਦਾ ਨਹੀਂ ਦੇਖਿਆ ਹੋਣਾ ਵੋਟ ਮੰਗਣ ਵਾਸਤੇ। ਹਾਲਾਤ ਕੀ ਬਣ ਗਏ? ਜਦੋਂ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ, ਕੰਮ ਇੰਨੇ ਕੀਤੇ, ਗਰੀਬ ਕਿਸਾਨ ਮਜ਼ਦੂਰ ਨੂੰ ਹਰ ਕਿਸਮ ਦੀ ਸਹੂਲਤ, ਪਿੰਡਾਂ ਦੀ ਡਿਵੈਲਪਮੈਂਟ, ਸ਼ਹਿਰ ਦੀ ਡਿਵੈਲਪਮੈਂਟ, ਪੂਰੇ ਸੂਬੇ ਦੀ ਡਿਵੈਲਪਮੈਂਟ। ਕਾਂਗਰਸੀਆਂ ਨੇ ਸੋਚ ਲਿਆ ਕਿ ਸਾਡੀ ਸਰਕਾਰ ਤੀਜੀ ਵਾਰ ਵੀ ਨਹੀਂ ਬਣਦੀ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰ ਇਕੱਠੇ ਹੋਏ, ਮੀਟਿੰਗਾਂ ਹੋਈਆਂ ਇਹਨਾਂ ਦੀਆਂ, ਕਿ ਆਪਾਂ ਇਹੋ ਜਿਹੀ ਗੱਲ ਕਰੀਏ, ਇਹੋ ਜਿਹੇ ਝੂਠ ਬੋਲੀਏ ਕਿ ਲੋਕ ਮਜਬੂਰ ਹੋ ਜਾਣ ਸਾਡੇ ਨਾਲ ਆਉਣ 'ਤੇ। ਦੇਖੋ ਫਿਰ ਕੀ ਕਿੱਡਾ ਵੱਡਾ ਧੋਖਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ, ਗੁਟਕਾ ਸਾਹਿਬ ਨੂੰ ਮੱਥ ਸਿਰ ਨਾਲ ਲਾ ਕੇ, ਤਖ਼ਤ ਸ੍ਰੀ ਦਮਦਮਾ ਸਾਹਿਬ ਤਰਫ ਹੱਥ ਕਰਕੇ ਸਹੁੰ ਖਾਧੀ। ਕੀ ਸਹੁੰ ਖਾਧੀ? ਕਿ ਕਿਸਾਨ ਭਰਾਓ, ਭਾਵੇਂ ਤੁਸੀਂ ਬੈਂਕ ਦਾ ਕਰਜ਼ਾ ਲਿੱਤਾ, ਭਾਵੇਂ ਆੜ੍ਹਤੀਆਂ ਤੋਂ ਲਿੱਤਾ, ਭਾਵੇਂ ਸੁਸਾਇਟੀ ਤੋਂ ਲਿੱਤਾ, ਮੈਂ ਮੋੜੂੰਗਾ ਤੁਹਾਨੂੰ, ਅੱਜ ਦੇ ਬਾਅਦ ਮੋੜਨ ਦੀ ਲੋੜ ਨਹੀਂ। ਹੋਇਆ ਕੀ? ਉਸੇ ਦਿਨ ਤੋਂ ਲੋਕ ਕਰਜ਼ਾ ਮੋੜਨਾ ਹੀ ਬੰਦ ਕਰ ਗਏ, ਬੈਂਕਾਂ ਦਾ ਵਿਆਜ ਪੈਣ ਲੱਗ ਗਿਆ। ਲੋਕ ਸਮਝਣ ਕਿ ਹੁਣ ਤਾਂ ਮੋੜ ਹੀ ਦੇਣਾ, ਆਪਾਂ ਕਿਉਂ ਵਿਆਜ ਦੇਈਏ? ਉਹ 90,000 ਕਰੋੜ ਕਰਜ਼ਾ ਸੀ, 1-1.5 ਸਾਲ ਦੇ ਅੰਦਰ ਤਕਰੀਬਨ 12-13 ਹਜ਼ਾਰ ਦਾ ਵਿਆਜ, ਕਰੋੜ ਵਿਆਜ ਪੈ ਗਿਆ। ਇਹਨੇ ਕੀ ਕੀਤਾ? 1500 ਕਰੋੜ ਮੋੜ ਕੇ 12,000-13,000 ਦਾ ਵਿਆਜ, ਕਰੋੜ ਵਿਆਜ ਪੈ ਗਿਆ। 1500-1600 ਕਰੋੜ ਮੋੜ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਦਿੱਤਾ। ਕਿਉਂ ਕਰ ਦਿੱਤਾ? ਕਿਉਂਕਿ ਜਿਹੜਾ ਵਿਆਜ ਕਿਸਾਨਾਂ ਨੇ ਨਹੀਂ ਮੋੜਿਆ, ਉਹਨਾਂ ਦੇ ਖਾਤੇ ਡਿਫਾਲਟਰ ਬਣ ਗਏ। ਬੈਂਕਾਂ ਨੇ ਫੈਸਲਾ ਕੀਤਾ ਕਿ ਹੁਣ ਬੈਂਕ RBI ਦਾ ਫੈਸਲਾ ਹੈ ਕਿ ਕੋਈ ਵੀ ਡਿਫਾਲਟ ਕਰਜ਼ੇ ਉਹਨੂੰ ਅੱਗੇ ਤੋਂ ਕਰਜ਼ਾ ਨਹੀਂ ਦੇਣਾ। ਹੁਣ ਕਿਸਾਨਾਂ ਨੂੰ ਕਰਜ਼ਾ ਦੇਣਾ ਬੰਦ ਹੋ ਗਿਆ, ਵਿਆਜ ਸਿਰ 'ਤੇ ਚੜ ਗਿਆ, ਅਤੇ ਵਿਚਾਰੇ ਕਿਸਾਨ ਹੁਣ ਪ੍ਰਾਈਵੇਟ ਮਨੀ ਲੈਂਡਰਾਂ ਕੋਲ 24%, 25%, 26% 'ਤੇ ਹੁਣ ਵਿਆਜ ਲੈਣ ਤੋਂ ਮਜਬੂਰ ਹੋ ਗਏ। ਕਿਸੇ ਬੈਂਕ ਦਾ ਨਹੀਂ ਕਰਜ਼ਾ ਮੋੜਿਆ, ਕਿਸੇ ਆੜ੍ਹਤੀਆਂ ਦਾ ਨਹੀਂ ਮੋੜਿਆ। ਐਡਾ ਵੱਡਾ ਧੋਖਾ! ਕਈ ਆਪਣੇ ਵੀ, ਮੈਂ ਕਹਿੰਦਾ ਕਈ ਸ਼੍ਰੋਮਣੀ ਅਕਾਲੀ ਦਲ ਦੇ
ਵਰਕਰ ਵੀ ਬਜ਼ੁਰਗ ਵੀ ਪਿਛਲੀ ਵਾਰ ਕਾਂਗਰਸ ਨੂੰ ਵੋਟ ਪਾ ਕੇ ਮੈਨੂੰ ਮਿਲੇ ਕਈ ਕਹਿੰਦੇ ਜੀ ਅਸੀਂ ਮਜਬੂਰੀ ਸੀ ਸਾਡੀ ਅਸੀਂ ਕਰਜ਼ਾ ਚੜਿਆ ਸੀ ਅਸੀਂ ਸੋਚਿਆ ਸੀ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਵੇਂ ਮੁਕਰੂਗਾ ਇਨਸਾਨ ਅਸੀਂ ਸਾਰਾ ਹੀ ਅਸੀਂ ਕਾਂਗਰਸ ਨੂੰ ਵੋਟਾਂ ਪਾ ਦਿੱਤੀਆਂ ਅਤੇ ਅੱਜ ਅਸੀਂ ਪਛਤਾਉਂਦੇ ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਹਿੰਦਾ ਘਰ ਘਰ ਨੌਕਰੀ ਦਊਂਗਾ ਫਾਰਮ ਭੇਜ ਦਿੱਤੇ ਹਰ ਘਰ ਫਾਰਮ ਭੇਜ ਦਿੱਤੇ ਕਿਸੇ ਨੂੰ ਕਿਹਾ ਤਾਂ ਤੂੰ DSP ਲਾ ਦੂੰ ਕਿਸੇ ਨੂੰ ਇੰਸਪੈਕਟਰ ਲਾ ਦੂੰ ਕਿਸੇ ਨੂੰ ਥਾਣੇਦਾਰ ਲਾ ਦੂੰ ਵੋਟਾਂ ਲੈਣੀਆਂ ਸੀ 2500 ਕਹਿੰਦਾ ਪੈਨਸ਼ਨ ਕਰ ਦਿਉ 5500 ਸ਼ਗਨ ਕਰ ਦੂੰ ਮੈਂ ਕਹਿੰਦਾ ਕੋਈ ਚੀਜ਼ ਛੱਡੀ ਨਹੀਂ ਉਹ ਕਹਿੰਦਾ ਜਿੰਨਾ ਉਹਦੇ ਕੋਲ ਅਸਲਾ ਸੀ ਸਾਰਾ ਹੀ ਫਾਇਰ ਕਰਤਾ ਹੁਣ ਕਿ ਦੇਖੀ ਜਾਓ ਕਿਵੇਂ ਨਾ ਕਿਵੇਂ ਆਪਾਂ ਇਲੈਕਸ਼ਨ ਜਿੱਤਣਾ ਹੈ ਮਨ ਖੋਟਾ ਸੀ ਉਹਨਾਂ ਦਾ ਮਨ ਖੋਟਾ ਸੀ ਸਰਕਾਰ ਬਣ ਗਈ ਮੁੱਖ ਮੰਤਰੀ ਬਣ ਗਏ ਇੱਕ ਹਫ਼ਤਾ ਮੁੱਖ ਮੰਤਰੀ ਬਣੇ ਨਹੀਂ ਹੋਏ ਸੀ ਉਹਨੇ ਐਲਾਨ ਕਰ ਦਿੱਤਾ ਕਿ ਮੇਰਾ ਅਖੀਰਲਾ ਇਲੈਕਸ਼ਨ ਹੈ ਮੈਂ ਅੱਗੇ ਇਲੈਕਸ਼ਨ ਹੀ ਲੜਨਾ ਤੁਸੀਂ ਮੇਰਾ ਕੁਛ ਵਿਗਾੜ ਵੀ ਨਹੀਂ ਸਕਦੇ ਹੁਣ ਉਹਨੇ ਕਹਿਤਾ ਕੈਪਟਨ ਨੇ ਮੇਰਾ ਅਖੀਰਲਾ ਇਲੈਕਸ਼ਨ ਅਗਲੀ ਵਾਰ ਲੜਨਾ ਹੀ ਨਹੀਂ ਮੈਂ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤੁਸੀਂ ਮੇਰਾ ਕੁਛ ਨਹੀਂ ਵਿਗਾੜ ਸਕਦੇ ਭਾਵੇਂ ਮੈਂ ਝੂਠ ਬੋਲ ਕੇ ਠੱਗੀ ਮਾਰ ਕੇ ਵੋਟਾਂ ਲੈ ਲਿਆ ਤੁਸੀਂ ਹੁਣ ਵਿਗਾੜ ਨਹੀਂ ਸਕਦੇ ਐਜਾ ਕੱਟਿਆ ਬੰਦਾ ਤੁਸੀਂ ਵਿਗਾੜ ਸਕਦੇ ਹੋ ਇੱਕ ਮੌਕਾ ਅਖੀਰਲਾ ਮੌਕਾ ਉਹਦਾ ਪਾਰਲੀਮੈਂਟ ਇਲੈਕਸ਼ਨ ਵਿੱਚ ਆਪਾਂ ਇਹਨਾਂ ਨੂੰ ਹਰਾ ਦਈਏ ਕਾਂਗਰਸੀ ਇਹਨੂੰ ਕੈਪਟਨ ਨੂੰ ਰਹਿਣ ਨਹੀਂ ਦੇਣਗੇ ਮੁੱਖ ਮੰਤਰੀ ਇਹਨੂੰ ਰਹਿਣ ਨਹੀਂ ਦੇਣਗੇ ਮੁੱਖ ਮੰਤਰੀ ਆਪ ਹੀ ਨਹੀਂ ਰਹਿਣ ਦਿੰਦੇ ਇਹਨੂੰ ਅੱਜ ਪਿਛਲੇ 2 ਸਾਲਾਂ 'ਚ ਕੁਛ ਹੋਇਆ ਮੁੱਖ ਮੰਤਰੀ ਕਿਤੇ ਦੇਖਿਆ ਸਾਹਿਬ ਪ੍ਰਕਾਸ਼ ਸਿੰਘ ਬਾਦਲ 10 ਸਾਲ ਮੁੱਖ ਮੰਤਰੀ ਰਹੇ ਹਰ ਰੋਜ਼ ਅਖਬਾਰ 'ਚ ਪੜ੍ਹਦੇ ਸੀ ਅੱਜ ਗੁਰਦਾਸਪੁਰ ਹੈ ਕੱਲ੍ਹ ਹੁਸ਼ਿਆਰਪੁਰ ਹੈ ਪਰਸੋਂ ਟਾਂਡੇ ਹੈ ਕਿਤੇ ਫਾਜ਼ਿਲਕਾ ਹੈ ਕਿਤੇ ਸੰਗਤ ਦਰਸ਼ਨ ਕਰ ਰਿਹਾ ਕਿਤੇ ਸਕੂਲ ਦਾ ਨੀਂਹ ਪੱਥਰ ਰੱਖ ਰਿਹਾ ਕਿਤੇ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖ ਰਿਹਾ ਕੋਈ ਸੜਕਾਂ ਦਾ ਰੱਖ ਰਿਹਾ ਕੰਮ ਚੱਲ ਰਿਹਾ ਸੀ ਧੜਾਧੜ ਚੱਲ ਰਿਹਾ ਸੀ ਗ੍ਰਾਂਟਾਂ ਆਉਂਦੀਆਂ ਸੀ ਇੱਕ ਇੱਕ ਹਲਕੇ 'ਚ ਕਿਤੇ 20 ਕਰੋੜ 40 ਕਰੋੜ 50 ਕਰੋੜ 100 ਕਰੋੜ ਕਿਤੇ ਸੀਵਰੇਜ ਪੈ ਰਿਹਾ ਹੁਣ 2 ਸਾਲ ਹੋ ਗਏ ਮੌਨ ਵਰਤ ਰੱਖਿਆ ਨੇ ਆਪਣੇ ਘਰੋਂ ਨਹੀਂ ਨਿਕਲਿਆ ਤੁਸੀਂ ਦੇਖ ਲਓ ਪਾਰਲੀਮੈਂਟ ਦੀ ਜੰਗ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਰਨੈਲ ਮੈਂ 111 ਹਲਕਿਆਂ ਜਾ ਚੁੱਕਾ ਕੈਪਟਨ ਹਲੇ ਆਪਣੇ ਘਰੋਂ ਹੀ ਨਹੀਂ ਨਿਕਲਿਆ ਘਰੋਂ ਹੀ ਨਹੀਂ ਨਿਕਲਿਆ ਮੁੱਖ ਮੰਤਰੀ ਬਣਨ ਦਾ ਮੁੱਖ ਮਕਸਦ ਕੀ ਹੁੰਦਾ ਹੈ ਕਿ ਜਨਤਾ ਨੂੰ ਕੋਈ ਨਾ ਕੋਈ ਚੀਜ਼ ਦੇ ਕੋਈ ਉਹਨੇ ਸੁੱਖ ਪਹੁੰਚਾਏ ਦੇਣਾ ਕੀ ਸੀ 1200 ਕਰੋੜ ਰੁਪਇਆ ਮਾਤਾ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਦਿੱਤੀ 1200 ਕਰੋੜ 200 ਕਰੋੜ ਸ਼ਗਨ ਦਾ ਨਹੀਂ ਦਿੱਤਾ SC ਭਾਈਚਾਰੇ ਦੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੰਦੇ ਸੀ 750 ਕਰੋੜ ਰੁਪਇਆ ਸਾਲ ਦੀ ਕਾਲਜਾਂ ਨੂੰ ਦਿੰਦੇ ਸੀ ਬੱਚੇ SC ਭਾਈਚਾਰੇ ਦੇ ਮੁਫ਼ਤ ਪੜ੍ਹਦੇ ਸੀ 7-8 ਲੱਖ ਬੱਚੇ ਹਰ ਸਾਲ ਪੜ੍ਹਨ ਜਾਂਦੇ ਸੀ ਇਹਨੇ ਸਾਰਾ ਬੰਦ ਕਰ ਦਿੱਤਾ ਅੱਜ ਬੱਚਿਆਂ ਨੂੰ ਐਡਮਿਸ਼ਨ ਨਹੀਂ ਹੈ ਸਭ ਤੋਂ ਵੱਡਾ ਪਾਪ ਆਇਆ ਸਭ ਤੋਂ ਵੱਡਾ ਪਾਪ ਗੁਨਾਹ ਹੈ ਅਸੀਂ ਨੌਜਵਾਨਾਂ ਨੂੰ ਜਿੰਮ ਦਿੰਦੇ ਸੀ ਇਹਨੇ ਬੰਦ ਕਰਤਾ ਖੇਡਾਂ ਦਾ ਸਮਾਨ ਦਿੰਦੇ ਸੀ ਇਹਨੇ ਬੰਦ ਕਰ ਦਿੱਤਾ ਅਸੀਂ ਪਿੰਡਾਂ 'ਚ ਸੇਵਾ ਕੇਂਦਰ ਖੋਲ੍ਹੇ ਕਿ ਤੁਹਾਡੇ ਮੁਸ਼ਕਲਾਂ ਹੱਲ ਉੱਥੇ ਹੀ ਹੋ ਜਾਣ ਤੁਹਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਈ ਇਹਨੇ ਅਨੁਸਾਰ ਬੰਦ ਕਰ ਦਿੱਤੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਨੌਜਵਾਨ ਮੇਲਾ ਲੱਗ 15-20 ਦਿਨ ਮੇਲਾ ਲੱਗ ਜਾਂਦਾ ਸੀ ਪੂਰੇ ਬੰਦ ਕਰ ਦਿੱਤੇ ਨੇ ਸਾਰਾ ਕੁਛ ਹੀ ਬੰਦ ਤੁਹਾਡੇ ਕੋਈ ਗ੍ਰਾਂਟ ਆਈ ਹੈ ਦਵਾਨੀ ਆਈ ਨਹੀਂ ਆ ਸੜਕਾਂ ਜਿੰਨੀਆਂ ਵੀ ਚੀਜ਼ਾਂ ਬਣੀਆਂ ਆਪਣੇ ਟਾਈਮ ਦੀਆਂ ਆ ਜੇ ਕੋਈ ਪੰਚਾਇਤ ਕੋਲ ਪੈਸਾ ਪਿਆ ਉਹ ਆਪਣੇ ਟਾਈਮ 'ਤੇ ਬਚਿਆ ਪਿਆ ਇਹਨੇ ਤਾਂ ਨਹੀਂ ਦੋ ਦਿੱਤਾ ਤੁਸੀਂ ਦੇਖ ਲਓ ਮੈਂ ਹੁਣੇ ਪਟਿਆਲੇ ਮਿਲਣੀ ਪ੍ਰੋਗਰਾਮ ਕਰਕੇ ਆਇਆ ਜਿੱਥੋਂ ਆਪ ਲੜਦਾ ਇਲੈਕਸ਼ਨ ਪਟਿਆਲੇ ਸ਼ਹਿਰ ਗਿਆ ਮੈਂ ਪਟਿਆਲੇ ਸ਼ਹਿਰ ਦੀ ਸੰਗਤ ਸੀ ਜਿਵੇਂ 2-3 ਹਜ਼ਾਰ ਵਰਕਰ ਬੈਠਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਵਾਰ ਕੈਪਟਨ ਅਮਰਿੰਦਰ ਸਿੰਘ ਆਪਣੇ ਹਲਕੇ 'ਚ ਆਇਆ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਵਾਰ ਵੀ ਨਹੀਂ ਆਇਆ ਆਪਣੇ ਪਟਿਆਲੇ ਸ਼ਹਿਰ ਵਿੱਚ ਧੰਨਵਾਦ ਕਰਨ ਵਾਸਤੇ ਵੀ ਆਇਆ ਆਪਣੇ ਜਿੱਥੋਂ ਨੇ ਉਹਨਾਂ ਨੇ ਵੋਟਰਾਂ ਨੇ ਉਹਨੂੰ MLA ਬਣਾਇਆ ਅਜਿਹਾ ਕੋਈ ਮੁੱਖ ਮੰਤਰੀ ਚਾਹੀਦਾ
ਪੰਜਾਬ ਪਿੱਛੇ ਚਲੇ ਗਿਆ। ਬਾਦਲ ਸਾਹਿਬ ਜੋ ਜ਼ਬਾਨ ਕਰਦੇ ਸੀ ਪੂਰੇ ਕਰਦੇ ਸੀ। ਅਸੀਂ ਤੁਹਾਡੇ ਨਾਲ ਜ਼ਬਾਨ ਕੀਤੀ ਬਿਜਲੀ ਆਮੋ ਆਮ ਕਰ ਦਾਂਗੇ, 30-35 ਹਜ਼ਾਰ ਕਰੋੜ ਰੁਪਏ ਲਾ ਕੇ ਥਰਮਲ ਪਲਾਂਟ ਬਣਾ ਦੇ ਤੇ ਬਿਜਲੀ ਆਮੋ ਆਮ ਕਰਤੀ। ਜੇ ਅਸੀਂ ਕਿਹਾ ਪੰਜਾਬ 'ਚ ਏਅਰਪੋਰਟ ਬਣਾ ਦਾਂਗੇ ਕਿ ਆਪਣੇ ਨੌਜਵਾਨ ਬੱਚੇ ਬਾਹਰ ਜਾਣਾ ਪੈਂਦਾ, ਦਿੱਲੀ ਜਾ ਕੇ ਜਹਾਜ਼ ਫੜਦੇ ਹੋ, ਤੁਸੀਂ ਦੇਖ ਲਓ ਜਲੰਧਰ ਵੀ ਮਨਜ਼ੂਰ ਕਰਾਤਾ, ਬਠਿੰਡੇ ਵੀ ਚਾਲੂ ਕਰਾਤਾ, ਮੋਹਾਲੀ ਵੀ ਬਣਾ ਦਿੱਤਾ, ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਵੀ ਬਾਦਲ ਸਾਹਿਬ ਨੇ ਬਣਾਇਆ ਸੀ, ਲੁਧਿਆਣੇ ਦਾ ਏਅਰਪੋਰਟ ਵੀ ਬਾਦਲ ਸਾਹਿਬ ਬਣਾਇਆ ਸੀ, ਕਾਂਗਰਸ ਦੀ ਇੱਕ ਵੀ ਨਿਸ਼ਾਨੀ ਨਹੀਂ ਹੈ। ਜੇ ਅਸੀਂ ਕਿਹਾ ਗਰੀਬਾਂ ਨੂੰ ਆਟਾ ਦਲ ਦੇਵਾਂਗੇ, ਅਸੀਂ ਇੱਕ ਮੁੱਖ ਮੰਤਰੀ ਬਣਦੇ ਇੱਕ ਹਫ਼ਤੇ ਦੇ ਅੰਦਰ ਆਟਾ ਦਲ ਦੇਣਾ ਸ਼ੁਰੂ ਕਰ ਦਿੱਤਾ ਗਰੀਬਾਂ ਨੂੰ, ਹਰ ਮਹੀਨੇ ਸ਼ਗਨ ਪੈਨਸ਼ਨ ਸਾਰਾ ਕੁਛ ਇੱਕ ਹਰ ਮਹੀਨੇ ਆਉਂਦਾ ਸੀ। ਅੱਜ ਮੁਲਾਜ਼ਮ ਬੇਚਾਰੇ ਤਨਖਾਹ ਨਹੀਂ ਮਿਲ ਰਹੀਆਂ, DA ਦਿੱਤੇ ਨੂੰ 7 ਕਿਸ਼ਤਾਂ DA ਦੀ ਰੱਖੀ ਬੈਠਾ, ਹਾਲੇ ਤੱਕ ਨਹੀਂ ਦਿੱਤੀਆਂ। ਜਿਹੜਾ ਕੋਈ ਧਰਨਾ ਦੇਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਡਾਂਗਾਂ ਨਾਲ ਡਰਾਉਂਦੇ ਆ, ਮਾਰਦੇ ਆ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ, ਇਲੈਕਸ਼ਨ ਬੜਾ ਅਹਿਮ ਹੈ, ਜਿੱਤਣਾ ਬੜਾ ਅਹਿਮ ਹੈ, ਇਹ ਸੁੱਤੇ ਹੋਏ ਰਾਜੇ ਨੂੰ ਜਗਾਉਣਾ ਬੜਾ ਅਹਿਮ ਹੈ। ਜੇ ਆਪਾਂ ਇਹਨੂੰ ਹਰਾ ਦਾਂਗੇ ਆਪਣੇ ਆਪ ਜਾਗੂਗਾ, ਇਹਨੂੰ ਕਾਂਗਰਸੀ ਜਗਾ ਲੈਣਗੇ, ਕੁਛ ਨਾ ਕੁਛ ਤੁਹਾਨੂੰ 2-3 ਸਾਲ ਦੇਣਗੇ, ਨਹੀਂ ਤਾਂ ਅਗਲੇ 3 ਸਾਲ ਆਪਾਂ ਨੂੰ ਔਖਾ ਹੋਣਾ ਪੈਣਾ। ਜੇ ਅੱਗ ਜਿੱਤ ਗਏ ਫਿਰ ਤਾਂ ਇਹਨਾਂ ਨੇ ਜਮ੍ਹਾਂ ਹੀ ਪ੍ਰਵਾਹ ਨਹੀਂ ਕਰਨੀ। ਅਤੇ ਮੈਂ ਇੰਨਾ ਕਹਿ ਕੇ ਆਉਣਾ ਕਿ ਮੈਂ ਪੂਰੇ ਪੰਜਾਬ 'ਚ ਘੁੰਮ ਕੇ ਆਇਆ, ਲੋਕਾਂ ਵਿੱਚ ਗੁੱਸਾ। ਇਸ ਕਾਂਗਰਸ ਦੇ ਰਾਜ ਨੇ ਇਕੱਲੇ ਝੂਠੇ ਪਰਚੇ ਧੱਕੇ ਕੀਤੇ ਆਪਣੇ ਵਰਕਰਾਂ 'ਤੇ, ਪਰ ਮੈਂ ਵਧਾਈ ਦੇਣਾ ਚਾਹੁੰਦਾ ਪਾਰਟੀ ਨੂੰ ਕਿ ਵਰਕਰ ਹਲੇ ਵੀ ਕਾਇਮ ਹੈ, ਬੜੇ ਜੋਸ਼ 'ਚ ਹੈ। ਮੈਂ ਕਈ ਹਲਕਿਆਂ 'ਚ ਗਿਆ, ਵਰਕਰਾਂ ਨੇ ਇੱਕ ਵਰਕਰ ਦੇ 7-7 ਪਰਚੇ ਹੋ ਗਏ ਸੀ, ਅਤੇ ਉਹ ਮੈਨੂੰ ਕਹਿਣ ਲੱਗਿਆ ਜੀ ਕੋਈ ਪਰਵਾਹ ਨਹੀਂ ਮੈਨੂੰ। ਸ਼੍ਰੋਮਣੀ ਅਕਾਲੀ ਦਲ ਉਹ ਜੀ ਸੂਰਮਿਆਂ ਦੀ ਪਾਰਟੀ ਹੈ, ਜਿਹੜੀ ਸੂਰਮੇ ਕਿਸੇ ਦਬਾਅ ਥੱਲੇ ਨਹੀਂ ਆਉਂਦੇ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜਿੰਨਾ ਵੀ ਦਬਾਉਣ ਦੀ ਕੋਸ਼ਿਸ਼ ਕਰੋ ਓਨੇ ਹੀ ਤਕੜੇ ਹੋ ਕੇ ਨਿਕਲਦੇ ਆ। ਸ਼੍ਰੋਮਣੀ ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ, ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੰਚੀ ਹੋਈ ਪਾਰਟੀ ਹੈ। ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ, ਸੋਹਣ ਸਿੰਘ ਠੰਡਲ ਦੀ ਜਾਇਦਾਦ ਨਹੀਂ, ਆ ਤੁਹਾਡੀ ਜਾਇਦਾਦ ਆ, ਤੁਹਾਡੇ ਵਰਕਰਾਂ ਦੀ ਹੈ। ਤੋ ਇਸ ਕਰਕੇ ਤਕੜੇ ਹੋਈਏ, ਆ ਜੰਗ ਸ਼ੁਰੂ ਹੋ ਗਈ ਹੈ, ਆ ਜੰਗ ਆਪਾਂ ਡਟ ਕੇ ਲੜਨਾ ਹੈ। ਕੋਈ ਗੁੱਸਾ ਗਿੱਲਾ ਕੋਈ ਵੀ ਹੋਏ ਛੱਡ ਦਿਓ, ਕੋਈ ਧੜੇਬੰਦੀ ਛੱਡ ਦਿਓ, ਨਿਸ਼ਾਨਾ ਇੱਕ ਰੱਖਣਾ ਕਿ ਰਾਜੇ ਨੂੰ ਸਬਕ ਸਿਖਾਉਣਾ, ਇਹੋ ਜਿਹਾ ਸਬਕ ਸਿਖਾਉਣਾ ਕਿ ਇਹਦੀ ਕੁਰਸੀ ਹਿੱਲ ਜੇ ਅਤੇ ਇਹਨੂੰ ਸੀ ਮੁੱਖ ਮੰਤਰੀ ਤੋਂ ਕੱਢਿਆ ਜਾਏ, ਤਾਂ ਹੀ ਪੰਜਾਬ ਦੀ ਸ਼ਾਂਤੀ ਜਨਤਾ ਨੂੰ ਇਨਸਾਫ ਮਿਲੂਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਸਾਰੇ ਆਏ ਹੋ, ਤੁਹਾਡੇ ਸਾਰਿਆਂ ਨਾਲ ਮੈਂ ਫੋਟੋ ਖਿਚਾ ਕੇ ਜਾਊਂ, ਚਾਹੀਦੀ ਹੈ ਫੋਟੋ ਪੱਕਾ। ਪਰ ਇੱਕ ਗੱਲ ਕਰਿਓ ਯਾਰ, ਧੱਕੇ ਨਾ ਮਾਰਿਓ, ਮੈਂ ਭਾਵੇਂ ਰਾਤ ਦੇ 12 ਵੱਜਣ ਮੈਂ ਇੱਥੇ ਹੋਊਂਗਾ, ਫੋਟੋ ਅਖੀਰਲੇ ਮੁੰਡੇ ਨਾਲ ਕਰਕੇ ਬੰਦੇ ਨਾਲ ਕਰਾ ਕੇ ਜਾਊਂਗਾ, ਪਰ ਇੱਕ ਇੱਕ ਕਰਕੇ ਆ ਕੈਮਰੇ ਵਾਲਾ ਕਿਹੜਾ ਇੱਥੇ ਪ੍ਰਾਈਵੇਟ ਕਿਹੜਾ ਕੀਤਾ, ਨਾਂ ਕੀ ਉਹਦਾ, ਕਿਹੜਾ ਸਟੂਡੀਓ ਹੈ, ਕਿਹੜਾ ਕੈਮਰੇ ਵਾਲਾ, ਕਿਹੜਾ ਸਟੂਡੀਓ, ਸੰਦੀਪ ਫੋਟੋ, ਕਿੱਥੋਂ ਦੇ, ਕੋਟ ਆ, ਇੱਥੇ ਲੋਕਲ ਹੀ ਫੋਟੋ ਆਰਟ ਸਟੂਡੀਓ ਹੈ, ਸਾਰੀਆਂ ਫੋਟੋਆਂ ਤੁਹਾਨੂੰ ਉੱਥੋਂ ਮਿਲ ਜਾਣੀਆਂ। ਸੈਲਫੀ ਲੈਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਸੈਲਫੀ ਲੈਣੀ ਸ਼ੁਰੂ ਕਰਤੀ ਅਤੇ 2-3 ਦਿਨ ਮੈਨੂੰ ਇੱਥੇ ਰਹਿਣਾ ਪੈਣਾ ਹੈ। ਸੋ ਇਸ ਕਰਕੇ ਤੁਸੀਂ ਫੋਟੋ ਮਿਲ ਜਾਓ, ਆ ਸਟੂਡੀਓ ਤੋਂ ਤੁਹਾਨੂੰ ਫੋਟੋ ਮਿਲ ਜੂਗੀ ਆਰਾਮ ਨਾਲ, ਵਧੀਆ ਬਣਾ ਕੇ ਤੁਸੀਂ ਰੱਖ ਲਿਓ। ਨਾਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਪੁਰਾਣੀ ਯਾਦਗਾਰਾਂ ਬਣ ਜਾਂਦੀਆਂ। ਮੈਂ ਕਈ ਪਿੰਡਾਂ 'ਚ ਗਿਆ ਨਾ, ਮੇਰੇ ਪਿਤਾ ਨਾ ਬੜੇ ਬਜ਼ੁਰਗਾਂ ਦੀਆਂ ਫੋਟੋਆਂ, ਅਤੇ ਜੇ ਮੈਂ ਤੁਹਾਡੇ ਵਿੱਚ ਵੀ ਕੋਈ ਕੋਈ ਬਜ਼ੁਰਗ ਹੈ ਜਿਹਦੇ ਕੋਲ ਪੁਰਾਣੀਆਂ ਮੇਰੇ ਪਿਤਾ ਨਾਲ ਫੋਟੋਆਂ, ਮੈਨੂੰ ਜ਼ਰੂਰ ਦਿਓ, ਮੈਂ ਆਪਣੇ ਪਾਰਟੀ ਦੇ ਦਫ਼ਤਰ 'ਚ ਲਾਉਣਾ ਚਾਹੁੰਦਾ, ਪਤਾ ਲੱਗ ਜਾਏ ਤੁਹਾਡੇ ਬੱਚੇ ਉੱਥੇ ਜਾਣਗੇ, ਦੇਖਣਗੇ ਕਿ ਸਾਡੇ ਬਜ਼ੁਰਗ ਦੀ ਫੋਟੋ ਸਾਡੀ ਪਾਰਟੀ ਦੇ ਦਫ਼ਤਰ 'ਚ ਲੱਗੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਪ੍ਰੈਸ ਮੀਟ ਹੋਣੀ ਹੈ, ਉਸ ਤੋਂ ਬਾਅਦ ਫੋਟੋ ਸ਼ੁਰੂ ਹੋਣੀ ਹੈ ਜੀ। ਧੰਨਵਾਦ, ਬਹੁਤ ਬਹੁਤ।